ਮੋਗਾ ਦੀ ਇਹ ਜਿੱਥੇ ਥਾਣਾ 1 ਦੇ ਨਜ਼ਦੀਕ ਲੱਗਦੀ ਮੋਬਾਈਲ ਦੀ ਦੁਕਾਨ ਤੋਂ ਦਿਨ ਦਿਹਾੜੇ ਦੋ ਨੌਜਵਾਨ ਪਿਸਤੌਲ ਦੀ ਨੋਕ ਉੱਤੇ ਦੁਕਾਨਦਾਰ ਕੋਲੋਂ 10,000 ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 1 ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ, ਪਰ ਨੌਜਵਾਨਾਂ ਦਾ ਕੋਈ ਵੀ ਸੁਰਾਗ ਹੱਥ ਨਹੀਂ ਲੱਗ ਸਕਿਆ। ਉਧਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਦੁਕਾਨ ਦੇ ਅੰਦਰ ਆਇਆ ਅਤੇ 9:18 'ਤੇ ਉਹਨਾਂ ਨੇ ਦੁਕਾਨ ਦੇ ਅੰਦਰ ਐਂਟਰ ਕੀਤਾ। ਮੈਨੂੰ ਕਹਿੰਦੇ ਰੀਚਾਰਜ ਕਰਵਾਉਣਾ ਹੈ। ਰੀਚਾਰਜ ਕਰਨ ਵਾਸਤੇ ਮੈਂ ਮੋਬਾਈਲ ਚੱਕਿਆ, ਇੱਕ ਨੇ ਮੈਨੂੰ 100 ਰੁਪਏ ਮੇਰੇ ਹੱਥ 'ਚ ਪਕੜਾਇਆ ਰੀਚਾਰਜ ਕਰਨ ਵਾਸਤੇ। ਅਤੇ ਜਦੋਂ ਮੈਂ ਮੋਬਾਈਲ ਰੀਚਾਰਜ ਕਰਨ ਲੱਗਾ ਅਤੇ ਨਾਲ ਹੀ ਦੂਜੇ ਨੰਬਰ ਹਜੇ ਬੋਲੇ ਨਹੀਂ ਸੀਗੇ ਅਤੇ ਨਾਲ ਹੀ ਦੂਜੇ ਬੰਦੇ ਨੇ ਰਿਵਾਲਵਰ ਕੱਢ ਲਿਆ। ਠੀਕ ਹੈ, ਕਹਿੰਦੇ ਜਿੰਨਾ ਕੈਸ਼ ਹੈਗਾ ਸਾਰਾ ਕੱਢਦੇ ਪਾ, ਜਾਂ ਤੈਨੂੰ ਗੋਲੀ ਮਾਰ ਦਾਂਗੇ। ਮੇਰਾ ਉਹਨੇ ਕੰਨ 'ਤੇ ਮੋਬਾਈਲ ਰੱਖਤਾ। ਉਸ ਤੋਂ ਬਾਅਦ ਫਿਰ ਮੇਰੇ ਕੋਲ ਗੱਲੇ ਵਿੱਚ ਜਿਹੜਾ ਕੈਸ਼ ਪਿਆ ਸੀਗਾ ਉਹ ਸਾਰਾ ਕੈਸ਼ ਪਿਆ। ਕਿੰਨਾ ਕੁ ਦੀ ਲੁੱਟ ਹੋਈ ਹੈ ਜੀ ਅੰਦਾਜ਼ਨ? 8-10 ਹਜ਼ਾਰ ਦੇ ਕਰੀਬ, ਜਿਹੜਾ ਸਾਡਾ ਕੈਸ਼ ਰਾਤ ਦਾ ਪਿਆ ਸੀਗਾ। ਕੈਸ਼ ਤੋਂ ਇਲਾਵਾ ਵੀ ਕੁਛ ਹੋਰ ਵੀ ਲੁੱਟ? ਨਹੀਂ, ਮੋਬਾਈਲ ਵਗੈਰਾ ਕੋਈ ਨਹੀਂ ਲੈ ਗਏ, ਕੱਲਾ ਕੈਸ਼ ਲੈ ਗਏ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।